ਹੁਣ ਜੀਵ ਦੀ ਬਿਰਤੀ ਕੀਰਤਨ ਵਿੱਚ ਜੁੜਨੀ ਸ਼ੁਰੂ ਹੋ ਗਈ। ਬਲਕਿ ਕੀਰਤਨ ਵਿੱਚ ਬੈਠਿਆਂ ਜੀਵ ਨੂੰ ਸਮੇਂ ਦੇ ਗੁਜ਼ਰਨ ਦਾ ਪਤਾ ਹੀ ਨਹੀਂ ਸੀ ਲੱਗਦਾ। ਕਈ ਵਾਰ ਵੈਰਾਗ ਵਿੱਚ ਆਵੇ ਤਾਂ ਅੱਖਾਂ ਵਿੱਚੋਂ ਪਾਣੀ ਚੱਲ ਪਿਆ ਕਰੇ ਤੇ ਕਿੰਨਾ ਕਿੰਨਾ ਚਿਰ ਜੀਵ ਕੀਰਤਨ ਕਰਦਾ ਹੋਇਆ ਰੋਂਦਾ ਰਹੇ। ਕਈ ਵਾਰ ਸਾਧੂ ਨੇ ਆ ਕੇ ਜੀਵ ਦੇ ਮੂੰਹ ਤੋਂ ਅਥਰੂ ਪੂੰਝਣੇ ਤੇ ਆਖਣਾ, ਜੀਵ ਤੇਰੇ ਧੰਨ ਭਾਗ ਨੇ। ਇੱਕ ਵਾਰ ਸਾਧੂ ਨੇ ਜੀਵ ਤੋਂ ਪੁੱਛਿਆ, ਤੇਰਾ ਹੁਣ ਕੀ ਹਾਲ ਹੈ? ਜੀਵ ਨੇ ਅੱਗੋਂ ਹੱਥ ਜੋੜ ਕੇ ਆਖਿਆ, ਮਹਾਤਮਾ ਜੀ, ਜਦੋਂ ਮੈਨੂੰ ਆਪਣੇ ਪਿਤਾ ਦੇ ਵਿਛੋੜੇ ਵਿੱਚ ਉਸਨੂੰ ਯਾਦ ਕਰਦਿਆਂ ਇੰਨਾ ਸਵਾਦ ਆਉਂਦਾ ਹੈ ਤਾਂ ਉਸਦੇ ਸਾਖਿਆਤ ਮਿਲਾਪ ਵਿੱਚ ਕਿੰਨਾ ਮਹਾਨ ਰਸ ਹੋਵੇਗਾ। ਮੈਂ ਮਾਇਆ ਨਾਲ ਜਨਮਾਂ ਜਨਮਾਂਤਰਾਂ ਤੋਂ ਪਿਆਰ ਰੱਖਿਆ ਤੇ ਇਸ ਦੀ ਰਚਾਈ ਹੋਈ ਖੇਡ ਵਿੱਚ ਦਿਨ ਰਾਤ ਗਲਤਾਨ ਰਿਹਾ, ਪਰ ਜੋ ਸਵਾਦ ਮੈਨੂੰ ਆਪਣੇ ਪਿਤਾ ਅੱਗੇ ਬੇਨਤੀਆਂ ਕਰਨ ਵਿੱਚ ਤੇ ਉਸ ਨੂੰ ਮਿਲਣ ਦੀ ਤਿਆਰੀ ਕਰਨ ਵਿੱਚ ਆਉਂਦਾ, ਉਹ ਮਾਇਆ ਦੇ ਰਸਾਂ ਵਿੱਚ ਕਦੇ ਨਹੀਂ ਸੀ ਆਉਂਦਾ। ਸਗੋਂ ਹੁਣ ਮੇਰਾ ਜੀ ਕਰਦਾ ਕਿ ਮੈਂ ਆਪਣੇ ਪਿਤਾ ਅੱਗੇ ਬੇਨਤੀਆਂ ਕਰਦਿਆਂ ਕਰਦਿਆਂ ਹੀ ਬੇਹੋਸ਼ ਹੋ ਜਾਵਾਂ ਤੇ ਮੁੜ ਮੇਰੀ ਅੱਖ ਮਾਇਆ ਦੀ ਇਸ ਨਗਰੀ ਵਿੱਚ ਕਦੇ ਨਾ ਖੁੱਲੇ। ਸਾਧੂ ਨੇ ਜਵਾਬ ਦਿੱਤਾ, ਜੀਵ ਤੇਰੇ ਧੰਨ ਭਾਗ ਨੇ, ਜਿਹੜਾ ਤੈਨੂੰ ਮਾਇਆ ਫਿੱਕੀ ਅਤੇ ਮਹਾਰਾਜ ਦੀ ਯਾਦ ਰਸ ਵਾਲੀ ਪ੍ਰਤੀਤ ਹੋਣ ਲੱਗ ਪਈ ਹੈ। ਜਿਉਂ ਜਿਉਂ ਤੇਰੇ ਉੱਤੇ ਯਾਦ ਦਾ ਰੰਗ ਚੜ੍ਹਦਾ ਜਾਵੇਗਾ, ਮਾਇਆ ਆਪਣੇ ਅਸਲ ਰੂਪ ਵਿੱਚ ਹੋਰ ਫਿੱਕੀ ਤੇ ਬੇਕਾਰ ਦਿਸਣ ਲੱਗ ਪਵੇਗੀ। ਜੀਵ ਕਹਿਣ ਲੱਗਾ, ਸਾਧੂ ਜੀ ਮਹਾਰਾਜ, ਤੁਸਾਂ ਜਿਹੜਾ ਮੈਨੂੰ ਕੀਰਤਨ ਕਰਨਾ ਸਿਖਾ ਦਿੱਤਾ ਹੈ ਨਾ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਇਸ ਕੀਰਤਨ ਨੇ ਤਾਂ ਮੇਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਹੈ। ਭਾਵੇਂ ਮੈਂ ਹੁਣ ਵੀ ਮਾਇਆ ਦੀ ਨਗਰੀ ਵਿੱਚ ਹੀ ਰਹਿਣਾ ਤੇ ਹਉਮੈ ਦੇ ਘਰ ਵਿੱਚ ਬਹੁਤ ਸਮਾਂ ਗੁਜ਼ਾਰਦਾ, ਪਰ ਫਿਰ ਵੀ ਮੈਨੂੰ ਕੀਰਤਨ ਵਿੱਚ ਆਇਆ ਹੋਇਆ ਸਵਾਦ ਕਦੇ ਨਹੀਂ ਭੁੱਲਦਾ ਤੇ ਦਿਲ ਕਰਦਾ ਕਿ ਵੱਧ ਤੋਂ ਵੱਧ ਸਮਾਂ ਮੈਂ ਸਤਸੰਗ ਵਿੱਚ ਤੁਹਾਡੇ ਕੋਲ ਹੀ ਕੀਰਤਨ ਕਰਦਾ ਰਹਾਂ। ਹੁਣ ਫਿਰ ਹਉਮੈ ਦਾ ਤੇ ਉਸਦੇ ਪਰਿਵਾਰ ਦਾ ਮੇਰੇ ਨਾਲ ਬਹੁਤ ਚੰਗਾ ਸਲੂਕ ਹੋ ਗਿਆ, ਪਰ ਮੈਨੂੰ ਹੁਣ ਉਹਨਾਂ ਦੀ ਨੀਅਤ ਦਾ ਪਤਾ ਲੱਗ ਗਿਆ। ਇਸ ਲਈ ਹੁਣ ਉਹਨਾਂ ਦਾ ਇਹ ਛਲ ਵੀ ਮੇਰੇ ਦਿਲ ਉੱਤੇ ਅਸਰ ਨਹੀਂ ਕਰਦਾ। ਸਾਧੂ ਨੇ ਆਖਿਆ, ਮਾਇਆ ਤੇ ਉਸਦੇ ਸਾਰੇ ਸਾਥੀਆਂ ਦਾ ਸੁਭਾਅ ਹੀ ਇਹ ਹੈ, ਜਦੋਂ ਤੱਕ ਜੀਵ ਨੂੰ ਆਪਣੇ ਪਿਤਾ ਦਾ ਪਤਾ ਨਾ ਹੋਵੇ ਉਦੋਂ ਤੱਕ ਉਹ ਇਸ ਉੱਤੇ ਹਕੂਮਤ ਕਰਦੇ ਨੇ ਤੇ ਜਦੋਂ ਜੀਵ ਨੂੰ ਆਪਣੇ ਪਿਤਾ ਦਾ ਪਤਾ ਲੱਗ ਜਾਵੇ ਤੇ ਉਹ ਆਪਣੇ ਪਿਤਾ ਨੂੰ ਯਾਦ ਕਰਨ ਲੱਗ ਪਵੇ ਤਾਂ ਮਾਇਆ ਤੇ ਉਸਦੇ ਸਾਥੀ ਜੀਵ ਦੇ ਤਾਬਿਆ ਹੋ ਜਾਂਦੇ ਨੇ ਤੇ ਉਸ ਨੂੰ ਖੁਸ਼ ਰੱਖਣਾ ਆਪਣੇ ਧੰਨ ਭਾਗ ਸਮਝਦੇ ਨੇ। ਜੀਵ ਨੇ ਆਖਿਆ, ਸਾਧੂ ਜੀ, ਮੈਨੂੰ ਕੀਰਤਨ ਵਿੱਚ ਤੇ ਬੜਾ ਆਨੰਦ ਆਉਂਦਾ ਹੈ, ਪਰ ਇਹ ਆਨੰਦ ਹਰ ਵੇਲੇ ਨਹੀਂ ਨਾ ਰਹਿੰਦਾ। ਜਦੋਂ ਕੀਰਤਨ ਕਰਾਂ ਉਦੋਂ ਹੀ ਆਨੰਦ ਆਉਂਦਾ ਤੇ ਕੀਰਤਨ ਮਗਰੋਂ ਮੇਰੀ ਬਿਰਤੀ ਫਿਰ ਡਿੱਗ ਪੈਂਦੀ ਹੈ। ਮੈਨੂੰ ਕਿਰਪਾ ਕਰਕੇ ਇਹ ਜੁਗਤੀ ਦੱਸੋ ਜਿਸ ਨਾਲ ਮੇਰੀ ਬਿਰਤੀ ਸਦਾ ਆਪਣੇ ਪਿਤਾ ਦੇ ਚਰਨਾਂ ਵਿੱਚ ਜੁੜੀ ਰਵੇ। ਸਾਧੂ ਜੀ ਨੇ ਆਖਿਆ, ਹਾਂ ਜੀਵ, ਹੁਣ ਤੇਰੀ ਅਵਸਥਾ ਐਸੀ ਹੋ ਗਈ ਹੈ ਕਿ ਤੈਨੂੰ ਕੀਰਤਨ ਵਾਲਾ ਸਵਾਦ ਹਰ ਵੇਲੇ ਮਾਨਣ ਦਾ ਚਾਅ ਰਹੇਗਾ। ਸਭ ਤੋਂ ਪਹਿਲਾਂ ਤੇ ਤੈਨੂੰ ਪਤਾ ਹੋਣਾ ਚਾਹੀਦਾ ਕਿ ਤੇਰੇ ਪਿਤਾ ਜੀ ਭਾਵੇਂ ਤੈਨੂੰ ਮਾਇਆ ਨਗਰੀ ਵਿੱਚ
ਮੁੱਦਤਾਂ ਤੋਂ ਰਹਿਣ ਕਰਕੇ ਤੈਨੂੰ ਤੇਰਾ ਪਿਤਾ ਭਾਵ ਸੱਚੇ ਪਾਤਸ਼ਾਹ ਮਹਾਰਾਜ ਦੂਰ ਜਾਪਦੇ ਨੇ, ਪਰ ਅਸਲ ਵਿੱਚ ਉਹ ਹੈਨ ਤੇਰੇ ਬਿਲਕੁਲ ਨੇੜੇ, ਬਲਕੇ ਤੇਰੇ ਅੰਦਰ ਵਸਦੇ ਨੇ। ਇਸ ਲਈ ਜਦੋਂ ਤੂੰ ਕੀਰਤਨ ਵਿੱਚ ਬੇਨਤੀਆਂ ਕਰੇ ਨਾ, ਤਾਂ ਉਹਨਾਂ ਨੂੰ ਤੂੰ ਆਪਣੇ ਤੋਂ ਵੱਖਰਾ ਜਾਂ ਦੂਰ ਨਾ ਸਮਝਿਆ ਕਰ। ਉਹ ਤੇਰੇ ਅੰਗ ਸੰਗ ਨੇ, ਤੇਰੀ ਹਰੇਕ ਬੇਨਤੀ ਨੂੰ ਸੁਣਦੇ ਨੇ। ਉਸ ਨੂੰ ਮਿਲਣ ਵਾਸਤੇ ਤੈਨੂੰ ਬਾਹਰ ਦੀ ਬਜਾਏ ਆਪਣੇ ਅੰਦਰ ਦੀ ਖੋਜ ਕਰਨੀ ਪਵੇਗੀ। ਤੇਰੇ ਅੰਦਰ ਹੀ ਉਹ ਮਹਾਨ ਸਥਾਨ ਹੈ ਜਿੱਥੇ ਤੇਰੇ ਪਿਤਾ ਜੀ ਰਹਿੰਦੇ ਨੇ। ਤੇਰੇ ਅੰਦਰ ਹੀ ਉਹ ਨਿੱਜ ਘਰ ਨਾਮੀ ਕਮਰਾ ਹੈ ਜਿੱਥੇ ਮਾਇਆ ਦੇ ਵਸ ਆਉਣ ਤੋਂ ਪਹਿਲਾਂ ਤੂੰ ਆਪਣੇ ਪਿਤਾ ਨੂੰ ਆਪਣੇ ਅੰਦਰੋਂ ਹੀ ਮਿਲਣਾ ਹੈ। ਜਦੋਂ ਤੈਨੂੰ ਆਪਣੇ ਪਿਤਾ ਦੇ ਅੰਦਰ ਮੇਲ ਹੋ ਗਿਆ, ਤਾਂ ਤੈਨੂੰ ਸਾਰੀ ਸਮਝ ਆ ਜਾਏਗੀ ਕਿ ਕਿਵੇਂ ਮਾਇਆ ਨੇ ਤੇਰੀ ਨਜ਼ਰ ਤੇ ਪਰਦਾ ਪਾ ਕੇ ਤੈਨੂੰ ਆਪਣੇ ਪਿਤਾ ਦੇ ਕੋਲ ਹੁੰਦਿਆਂ ਹੋਇਆਂ ਵੀ ਉਸ ਤੋਂ ਵਿਛੋੜੀ ਰੱਖਿਆ ਹੈ। ਜੀਵ ਆਖਣ ਲੱਗਾ, ਮਹਾਤਮਾ ਜੀ ਵੇਖੋ, ਮੈਨੂੰ ਨਾ ਆਪ ਜੋ ਵੀ ਗੱਲਾਂ ਸਮਝਾ ਰਹੇ ਉਹ ਹਾਲਾਂ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ। ਮੈਨੂੰ ਤੇ ਸਾਰੇ ਪਾਸੇ ਮਾਇਆ ਹੀ ਮਾਇਆ ਨਜ਼ਰ ਆਉਂਦੀ ਹੈ। ਵਿਚਾਰ ਨੇ ਤੇ ਤੁਸੀਂ ਮੈਨੂੰ ਦੱਸਿਆ ਜ਼ਰੂਰ ਹੈ ਮੇਰੇ ਪਿਤਾ ਦੇ ਬਾਰੇ ਵਿੱਚ, ਤੇ ਮੈਨੂੰ ਆਪਣੇ ਪਿਤਾ ਦੇ ਕੋਲ ਬੇਨਤੀਆਂ ਕਰਨ ਵਿੱਚ ਸਵਾਦ ਵੀ ਬੜਾ ਆਉਂਦਾ ਹੈ। ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਮੇਰਾ ਪਿਤਾ ਰਹਿੰਦਾ ਮੇਰੇ ਕੋਲ ਹੋਵੇ ਤੇ ਮਾਇਆ ਨੇ ਮੈਨੂੰ ਉਸ ਤੋਂ ਵਿਛੋੜ ਰੱਖਿਆ ਹੋਵੇ। ਕਿਰਪਾ ਕਰਕੇ ਮੈਨੂੰ ਕੋਈ ਤਰੀਕਾ ਸਮਝਾਓ ਜਿਸ ਨਾਲ ਮੈਂ ਆਪਣੇ ਪਿਤਾ ਨੂੰ ਮਿਲ ਸਕਾਂ। ਸਾਧੂ ਨੇ ਜਵਾਬ ਦਿੱਤਾ, ਹੇ ਜੀਵ, ਮੈਂ ਤੈਨੂੰ ਤੇਰੇ ਪਿਤਾ ਨਾਲ ਮਿਲਾਉਣ ਹੀ ਤੇ ਆਇਆ, ਤੂੰ ਘਬਰਾ ਨਾ। ਸਿਰਫ ਜੋ ਮੈਂ ਕਹਾਂ ਉਸੇ ਅਨੁਸਾਰ ਕੰਮ ਕਰੀ ਚੱਲ। ਸਭ ਤੋਂ ਪਹਿਲੀ ਗੱਲ ਤਾਂ ਇਹ ਜਾਣ ਲੈ ਕਿ ਤੇਰਾ ਪਿਤਾ ਤੇਰੇ ਅੰਦਰ ਹੀ ਵਸਦਾ ਤੇ ਉਸਨੇ ਤੈਨੂੰ ਤੇਰੇ ਅੰਦਰੋਂ ਹੀ ਮਿਲਣਾ। ਤੇ ਦੂਜੀ ਗੱਲ ਇਹ ਸਮਝ ਲੈ ਕਿ ਮਾਇਆ ਤੇ ਇਸ ਨਗਰੀ ਦੇ ਸਭ ਵਾਸੀਆਂ ਦੀ ਇਹ ਆਦਤ ਹੈ ਕਿ ਜਿਹੜਾ ਇਹਨਾਂ ਤੋਂ ਡਰੇ ਉਹਨਾਂ ਨੂੰ ਇਹ ਬਹੁਤ ਡਰਾਉਂਦੇ ਨੇ, ਤੇ ਜਿਹੜਾ ਇਹਨਾਂ ਤੋਂ ਨਾ ਡਰੇ, ਇਹਨਾਂ ਦੀ ਪਰਵਾਹ ਨਾ ਕਰੇ, ਉਹਨਾਂ ਦੀ ਅਸਲੀਅਤ ਨੂੰ ਸਮਝ ਲਵੇ, ਤਾਂ ਇਹ ਖੁਦ ਉਸ ਤੋਂ ਡਰਨ ਲੱਗ ਪੈਂਦੇ ਨੇ ਤੇ ਉਸ ਦੀ ਤਾਬਿਆ ਹੋ ਕੇ ਉਸ ਦੀ ਸੇਵਾ ਕਰਨ ਲੱਗ ਪੈਂਦੇ ਨੇ। ਤੀਸਰੀ ਸਮਝਣ ਵਾਲੀ ਗੱਲ ਇਹ ਹੈ ਕਿ ਤੇਰਾ ਪਿਤਾ ਬਹੁਤ ਪਵਿੱਤਰ ਤੇ ਸੂਖਮ ਹਸਤੀ ਹੈ, ਇਸ ਲਈ ਉਸ ਨੂੰ ਮਿਲਣ ਤੋਂ ਪਹਿਲਾਂ ਤੈਨੂੰ ਆਪ ਬਹੁਤ ਪਵਿੱਤਰ, ਸੂਖਮ ਤੇ ਉੱਚਾ ਹੋਣਾ ਪਵੇਗਾ। ਵੇਖੇ ਨਾ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਗੱਲ ਆਖੀ ਸੀ, ਹਰ ਜੀ ਸੂਖਮ ਅਗਮ ਹੈ। ਅਤੇ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਖਿਆ ਸੀ, ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ। ਜੀਵ ਆਖਣ ਲੱਗਾ, ਹੇ ਸਾਧੂ ਜੀ ਮਹਾਰਾਜ, ਮੈਨੂੰ ਤੁਹਾਡੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਨੇ। ਹੁਣ ਫਿਰ ਕਿਰਪਾ ਕਰਕੇ ਮੈਨੂੰ ਇਹ ਵੀ ਦੱਸੋ ਕਿ ਮੈਂ ਆਪਣੇ ਸੂਖਮ ਤੇ ਪਵਿੱਤਰ ਪਿਤਾ ਨੂੰ ਮਿਲਣ ਵਾਸਤੇ ਕਿਵੇਂ ਪਵਿੱਤਰ ਤੇ ਸੂਖਮ ਹੋਵਾਂ। ਸਾਧੂ ਜੀ ਨੇ ਜਵਾਬ ਦਿੱਤਾ, ਹੇ ਜੀਵ, ਸੂਖਮ ਬਣਨ ਵਾਸਤੇ ਤੈਨੂੰ ਸੁਰਤ ਰੂਪ ਹੋਣਾ ਪਵੇਗਾ, ਤੇ ਸੁਰਤ ਨੂੰ ਸੂਖਮ ਕਰਦਿਆਂ ਕਰਦਿਆਂ ਸੂਖਮਤਾ ਦੇ ਦਰਜੇ ਤੇ ਲਿਜਾਣਾ ਪਵੇਗਾ। ਇਸ ਦਾ ਸਭ ਤੋਂ ਸੌਖਾ ਤਰੀਕਾ ਹੈ ਨਾਮ ਜਪਣਾ। ਤੂੰ ਨਾ ਪਿਤਾ ਦੇ ਨਾਮ ਦਾ ਪਹਿਲੋਂ ਆਪਣੀ ਰਸਨਾ ਦੁਆਰਾ ਜਾਪ ਕਰਿਆ ਕਰ। ਜਦੋਂ ਇਹ ਅਭਿਆਸ ਪੱਕ ਗਿਆ ਤਾਂ ਫਿਰ ਰਸਨਾ ਦੀ ਬਜਾਏ ਸੁਰਤੀ ਵਿੱਚ ਨਾਮ ਜਪਿਆ ਕਰ। ਜਦੋਂ ਤੇਰਾ ਅਭਿਆਸ
सुरत राही पक गया तां उदों सुरत विच नाम जपण दी बजाए अजपा जाप विच सुरत नूं लगा दें। इस अजपा जाप विच तेरी सुरत ठहर जाएगी ते जाप बंद हो जाएगा। इस सूखम अवस्था विच तैनूं अपने नाल अपना पिता विराजिया होया प्रतख दिस पवेगा ते पिता नूं वेख के तेरियां अखां तों माया दी लाई हुई मुद्दतां दी अविद्या नामी एनक आपे लथनी शुरू हो जाएगी ते हौली हौली बिल्कुल लथ जाएगी। तैनू तां ही पता लगेगा कि माया दी इस अविद्या नामक एनक ने तैनू अपने पिता दे अत नजदीक हुंदिया भी उस तों विछोड़ के माया नगरी विच अनेकां जन्मां विच भटकाया है। साधु दी संगत ने जीव दी सारी अवस्था बदल के रख दिती ते इनी ज्यादा कि उस दे सारे ख्याल ही बदल गए। जिथे पहला जीव अपने आप नूं माया ते हौमे दा गुलाम समझदा सी, हुण सगों हौमे ते माया जीव दियां दासियां सन ते जीव उन्हां दा मालक सी। जीव हुण अठे पैर कीर्तन नाम सिमरन ते साधु संगत विच गुजारदा। कीर्तन विच जीव दे सितार विचों हुण इस तरह दे नगमे निकलदे सन। हां गुसाई दा पहल वानड़ा, मैं गुरमिल उच दुमालड़ा, सब होई छिंज इकठिया, दई बैठा वेखै आप जियो, वात वजन टमक पेरियां, मल लथे लेंदे फेरियां, नेते पंज जवान मैं गुर थापी दिती कंड जियो। सब इकट्ठे होए आया, कर जसन वाट वटाया, गुरमुख लाहा लै गए, मनमुख चले मूल गवाए जियो। तू वरना चेहना बहरा, हर दिसे हाजर जाहरा, सुन सुन तुझे ते आएंदे, तेरे भगत रते गुणतास जियो। मैं जुग जुग दईए सेवड़ी, गुर कट्टी मिहंडी जेवड़ी, हाँ बाहड़ छिंज न डचऊ, नानक अवसर लद्दा पाल जियो। माया हौमे ते इन्हां दे साथियां दी असलियत नूं समझण नाल जीव हुण माया दी नगरी दा राजा बन गया। हुण माया ते उस दियां सारियां शक्तियां उस दे अधीन सन। माया दे बारे विच जीव अपने पिछले ते हुण दे तजर्बे दा मुकाबला करदिआं होइआं मुस्कुरा के कहिंदा, जिन लाई प्रीत सोई फिर खाया, जिन सुख बैठाली तिस पौ बहुत दिखाया, भाई मीत कुटंब देख विवादे, हम आई वसगत गुर प्रसादे। अथवा त्रैगुण मोहे मोहया आकाश, हम सतगुरु राखे दे कर हाथ, ज्ञानी की होए वर्ती दास, कर जोड़े सेवा करे अरदास, जो तू कहे सो कार कमावा, जन नानक गुरमुख नेड़ ना आवा। अथवा गौ कर पकड़ी आई ना हाथ, प्रीत करी चाली नहीं साथ, कौ नानक जब त्याग दई, तब ओह चरणी आए पई। साधु ने जीव नूं तीसरी गल ए आखी सी कि उसदा पिता महाराज बहुत सूखम ने, इसलिए जीव नूं अपने पिता दे मिलाप लई अत सूखम बनना पवेगा। नाल ही साधु ने जीव नूं नाम दी जाप दी कमाई नाल अत सूखम बनन दा वल वी दस दिता। हुण माया दी असलियत नूं समझ के
ते उस दा स्वामी बन के जीव हुण नाम कमाई विच अठे पैर मगन रहन लगा। पहलो पहल तां जीव नूं बड़ी तकलीफ होई, जदों नाम सिमरन विच बहिंदा तां माया जीव दे संकल्पां ते विकल्पां द्वारा उस नूं उस दे पिता दे चरणां विच जुड़न तों बड़ा रोकदी, पर जीव दे सिर ते साधु दा हाथ होण करके ना ओ घबराउंदा जां उदास नहीं सी हुंदा। नाम अभ्यास विच पहलों पहल जीव नूं कीर्तन वाला महासवाद भी ना आवे, पर साधु दे बचना ते उस दा पक्का विश्वास सी ना, इसलिए उसने नाम दी कमाई जारी रखी। कुछ देर भटकण मगरों जीव दा मन नाम अभ्यास विच खूब जुड़ना शुरू हो गया, ते मन दे ठहरण नाल जीव दे अंदर अनेकां शक्तियां रिद्धियां सिद्धियां फुरन लग पईयां। जीव जो चाहुंदा ओह ही हो जांदा, जिस गल दी इच्छा करदा ओह मिल जांदी। पर जदों जीव ने अपनी ए हालत साधु नूं दसी ना, तां साधु ने जीव नूं आख्या, वेखी किते माया दे इस आखरी फरेब विच फस ना जाई। तू जिस माया नूं जित लिया समझदा ना, ओह हालां पूरी तरह नहीं जित्ती गई, हालां भी ओह भी सूखम भेस वटा के तैनूं अपने पिता दे मिलण तों रोक रही है। जे तू कमजोरी विखाई तां इक तां तैनूं इह तेरे पिता नाल मिलण नहीं देवेगी, ते दूजा तैनूं मुड़ इह डिगदिआं उत्थे लै जाएगी जिथों इनिया अरदासां ते कालना नाल तू निकले है। जिवें माया तेरी दासी है, इसे तरह माया दियां सब शक्तियां भी तेरियां दासियां ने, पर इन्हां दा मनोरथ तेरी सेवा करना नहीं, सगों तैनू छल के पिता दे मिलाप तो रुकना है। इसलिए वेखे ना, मन दे टिकन नाल रिधियां सिधियां मिल जांदियां ने, पर तू इन्हां वल मुड़न की बजाए अपने पिता वल तुर। जीव ने साधु दे चरणां ते सिर रख के नमस्कार कीती, ते सचमुच नाम जाप दियां आखरी मंजलां विच खेडण लग पिया। मन दे टिका विच इसने वेख्या कि माया दी सारी नगरी जीव दे अंदर ही मौजूद है। जीव जदों चाहे इस माया दी नगरी विच आनंद माणे, सगों उस दे अंदर ही ए सारी माया नगरी प्रगट हो जावे, ते जदों चाहे यह अलोप हो जाए। हुण जीव इस गल नूं समझ रहा सी, जो ब्रह्मंड खंड सो जाणो, अथवा एक मैं सर्व सर्व मैं एका, ए सतगुर देख दिखाई। अखीर जीव दा नाम अभ्यास होर वध गया, ते उसने वेख्या कि सच ही ए माया दी खेड सब उस दे अपने फुरने दी रचना है, उस दी अपनी इच्छा दी नतीजा है। उसने ए भी पता लग गया कि किसे वेले किसे तरह उसने माया नाल खेडना आप मंजूर कीता सी। हुण जद जीव दा माया नूं त्याग के अपने पिता दे मिलाप दा फुरना पक्का हो गया, तां माया ते उस दी नगरी दे सब फुरने दियां तस्वीरां जीव दी यादाश्त विचों अलोप होण लग पईयां। एक दिन नाम अभ्यास विच जदों माया बिल्कुल अलोप हो गई, तां जीव दियां अखां तों अविद्या नामक ऐनक आपे डिग पई। इस ऐनक ते डिगदिआं सार जीव ने अपने आप नूं किसे महान उचाई वल उड़दिआं होया महसूस कीता। उपरंत जीव दे सामने एक बहुत वड्डा सोहणा दरबार लग गया, जिस विच एक महान तेजमई पुरश दी हजूरी विच माया नाच कर रही सी, ते सारे अहलकार ते दरबारी बैठे आनंद लै रहे सन।
ਜਿਹੜਾ ਤੇਜਮਈ ਪੁਰਸ਼ ਇਸ ਦਰਬਾਰ ਦੇ ਵਿਚਕਾਰ ਉੱਚੇ ਜੜਾਊ ਤਖਤ ਤੇ ਵਿਰਾਜ ਰਿਹਾ ਸੀ, ਉਸ ਵੱਲ ਤੱਕਿਆਂ ਜੀਵ ਦੀਆਂ ਅੱਖਾਂ ਚੁੰਧੇ ਆ ਗਈਆਂ। ਕਿਉਂਕਿ ਦਰਅਸਲ ਇਹ ਤਾਂ ਸਾਰਾ ਨੂਰ ਹੀ ਨੂਰ ਸੀ। ਇਸ ਤੇਜਮਈ ਪ੍ਰਕਾਸ਼ ਵਿੱਚੋਂ ਜੀਵ ਦੇ ਦੇਖਦਿਆਂ ਦੇਖਦਿਆਂ ਇੱਕ ਕਿਰਨ ਨਿਕਲੀ ਤੇ ਇਨਸਾਨ ਦਾ ਰੂਪ ਧਾਰਨ ਕਰਕੇ ਜੀਵ ਦੇ ਸਾਹਮਣੇ ਖਲੋ ਗਈ। ਜਦੋਂ ਜੀਵ ਨੇ ਚੰਗੀ ਤਰ੍ਹਾਂ ਇਸ ਇਨਸਾਨੀ ਸ਼ਕਲ ਵੱਲ ਵੇਖਿਆ ਤਾਂ ਬੜਾ ਹੈਰਾਨ ਹੋਇਆ ਬਈ ਇਹ ਸੂਰਤ ਤੇ ਬਿਲਕੁਲ ਸਾਧੂ ਦੀ ਸੀ। ਜੀਵ ਹੱਕਾ ਬੱਕਾ ਰਹਿ ਗਿਆ, ਪਰ ਇਸ ਕਿਰਨ ਤੋਂ ਸਾਧੂ ਬਣੇ ਨੇ ਜੀਵ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ। ਜਦੋਂ ਜੀਵ ਸਾਧੂ ਦੇ ਕੋਲ ਪਹੁੰਚਿਆ ਤਾਂ ਸਾਧੂ ਨੇ ਉਸ ਤੇਜਮਈ ਪੁਰਸ਼ ਵੱਲ ਇਸ਼ਾਰਾ ਕਰਕੇ ਕਿਹਾ, ਜੀਵ ਇਹ ਤੇਰੇ ਪਿਤਾ ਜੀ ਨੇ। ਇਹ ਕਹਿ ਕੇ ਸਾਧੂ ਫਿਰ ਕਿਰਨ ਰੂਪ ਹੋ ਗਿਆ। ਜੀਵ ਨੇ ਅੱਗੇ ਵੱਧ ਕੇ ਆਪਣੇ ਪਿਤਾ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਬਸ ਇਸ ਜੀਵ ਦਾ ਪਿਤਾ ਦੇ ਚਰਨਾਂ ਨੂੰ ਛੂਹਣਾ ਹੀ ਸੀ ਕਿ ਜੀਵ ਵੀ ਇੱਕ ਕਿਰਨ ਦਾ ਹੀ ਰੂਪ ਹੋ ਗਿਆ ਤੇ ਹੁਣ ਇੱਕ ਪਾਸੇ ਸਾਧੂ ਕਿਰਨ ਰੂਪ ਹੋ ਕੇ ਖੜਾ ਸੀ ਤੇ ਦੂਸਰੇ ਪਾਸੇ ਜੀਵ ਤੇ ਵਿਚਕਾਰ ਜੀਵ ਦਾ ਪਿਤਾ ਮਹਾਰਾਜ ਸੂਰਜ ਦੀ ਤਰ੍ਹਾਂ ਨੂਰ ਦਾ ਸੋਮਾ ਖੜਾ ਸੀ। ਜੀਵ ਭਾਵੇਂ ਕਿਰਨ ਰੂਪ ਹੋ ਗਿਆ ਸੀ ਪਰ ਉਸ ਵਿੱਚ ਸੋਚ ਅਤੇ ਸਮਝ ਕਾਇਮ ਸੀ। ਜੀਵ, ਸਾਧੂ ਤੇ ਮਹਾਰਾਜ ਹੁਣ ਇਹ ਤਿੰਨੇ ਨੂਰ ਦਾ ਰੂਪ ਸਨ। ਜਦੋਂ ਜੀ ਕਰਦਾ ਤਿੰਨੇ ਮਿਲ ਕੇ ਇੱਕ ਰੂਪ ਹੋ ਜਾਂਦੇ ਤੇ ਜਦੋਂ ਜੀ ਕਰਦਾ ਤਿੰਨੇ ਸਾਧੂ ਰੂਪ ਬਣ ਜਾਂਦੇ, ਜਦੋਂ ਜੀ ਕਰਦਾ ਜੀਵ ਰੂਪ ਹੋ ਜਾਂਦੇ ਤੇ ਜਦੋਂ ਜੀ ਕਰਦਾ ਇਹ ਤਿੰਨੇ ਮਹਾਰਾਜ ਦਾ ਰੂਪ ਹੋ ਜਾਂਦੇ। ਇਸ ਤਰ੍ਹਾਂ ਕਈ ਵਾਰ ਇੱਕ ਦੂਸਰੇ ਦੇ ਰੂਪ ਵਿੱਚ ਲੀਨ ਹੋ ਕੇ ਜਦੋਂ ਜੀਵ ਨੂੰ ਨਿਸ਼ਚਾ ਹੋ ਗਿਆ ਕਿ ਜੀਵ ਅਤੇ ਸਾਧੂ ਜੀ ਮਹਾਰਾਜ ਦੇ ਹੀ ਦੂਸਰੇ ਸਰੂਪ ਨੇ ਤੇ ਜਦ ਇਹ ਲੀਨ ਹੋ ਜਾਣ ਤਾਂ ਮਹਾਰਾਜ ਹੀ ਰਹਿ ਜਾਂਦੇ ਨੇ, ਤਾਂ ਜੀਵ ਦੇ ਹਿਰਦੇ ਵਿੱਚ ਮਹਾਰਾਜ ਵਿੱਚ ਲੀਨ ਹੋ ਕੇ ਮੁੜ ਹੋਰ ਕੁਝ ਨਾ ਬਣਨ ਦੀ ਇੱਛਾ ਫੁਰਾਈ। ਬਸ ਇਸ ਇੱਛਾ ਦੇ ਪੈਦਾ ਹੁੰਦਿਆਂ ਹੀ ਜੀਵ ਮਹਾਰਾਜ ਵਿੱਚ ਲੀਨ ਹੋ ਗਿਆ। ਉਸ ਤੇ ਲੀਨ ਹੁੰਦਿਆਂ ਸਾਰ ਜਿਵੇਂ ਉਸ ਅਰਸ਼ੀ ਵਾਤਾਵਰਨ ਵਿੱਚ ਬੜੀ ਸੁਰੀਲੀ ਲੈ ਵਿੱਚ ਗਾਇਆ ਜਾ ਰਿਹਾ ਸੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ।